ਪਿੰਡਾਂ ਦੇ ਵਿੱਚ 10-10, 20-20 ਹਜ਼ਾਰ 50-50 ਹਜ਼ਾਰ ਦੇ ਬਿੱਲ ਚੱਕੀ ਫਿਰਦੇ ਸੀ ਲੋਕ। ਮੈਂ ਮੱਥੇ ਨੂੰ ਹੱਥ ਮਾਰਾਂ, ਯਾਰ ਤਾਂ ਸਾਰੀ ਉਮਰ ਆਪਣੀ ਵੇਚ ਦੇਵੇ ਤਾਂ 50 ਹਜ਼ਾਰ ਦਾ ਬਿੱਲ ਨਹੀਂ ਜਮ੍ਹਾਂ ਕਰਾ ਸਕਦਾ, ਇਹਦਾ ਬਿੱਲ ਕਿਸ ਤਰ੍ਹਾਂ ਆ ਗਿਆ 50 ਹਜ਼ਾਰ? ਆਮ ਆਦਮੀ ਪਾਰਟੀ ਵਾਲੇ ਗੱਲਾਂ ਕਰਦੇ ਸੀ ਕਿ ਅਸੀਂ ਬਿੱਲ ਮਾਫ਼ ਕਰਾਂਗੇ, ਆ ਅਸੀਂ ਅੱਜ ਅੱਗ ਲਾ ਕੇ ਫੂਕਦੇ ਹਾਂ। ਜਿਨ੍ਹਾਂ ਤੋਂ ਬਿਜਲੀ ਦੇ ਬਿੱਲ ਨਹੀਂ ਦਿੱਤੇ ਜਾ ਰਹੇ ਸੀ ਉਹਨਾਂ ਦੇ ਬਿਜਲੀ ਦੇ ਬਿੱਲਾਂ ਦਾ ਵਜ਼ਨ ਸਰਕਾਰ ਨੇ ਆਪ ਚੱਕ ਲਿਆ। ਅੱਗੇ ਤੋਂ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਅਸੀਂ ਬਿਜਲੀ ਬਾਰੇ ਹੋਰ ਵੱਡੇ ਫੈਸਲੇ ਵੀ ਲਵਾਂਗੇ। ਲੇਕਿਨ ਇਹ ਵੱਡਾ ਫੈਸਲਾ 1200 ਕਰੋੜ ਰੁਪਇਆ ਜਿਹੜਾ ਮਿਡਲ ਕਲਾਸ ਤੇ ਗਰੀਬ ਲੋਕਾਂ ਤੇ ਬੋਝ ਸੀ, ਜਿਹੜੇ ਉਹ ਬਿਜਲੀ ਨਹੀਂ ਦੇ ਸਕਦੇ ਸੀ ਜਿਸ ਕਰਕੇ ਉਹਨਾਂ ਦੇ ਕਨੈਕਸ਼ਨ ਕੱਟ ਹੋ ਰਹੇ ਸੀ, ਉਹ ਸਾਰਾ ਵਜ਼ਨ ਅਸੀਂ ਬਿਜਲੀ ਆਪਣਾ ਚੱਕ ਕੇ ਸਰਕਾਰ ਵੱਲੋਂ ਉਹਨਾਂ ਦੇ ਸਾਰੇ ਬਿੱਲ ਮਾਫ਼ ਕਰ ਦਿੱਤੇ।